ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੰਘੇੜਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ। ਅੱਜ ਦੀ ਵੀਡੀਓ 'ਤੇ ਵੀ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ, ਦੋਵੇਂ ਤਾਜ਼ੀਆਂ ਸੂਈਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ। ਅੱਗੇ ਵੀ ਭਾਜੀ ਹੋਣਾਂ ਦੀਆਂ ਵੀਡੀਓ 'ਤੇ ਕਾਫੀ ਦਿਖਾਈ ਦੀਆਂ ਵਾ, ਅੱਗੇ ਜਗਦਿਆਂ ਤੋਂ ਦਿਖਾਈ ਦੀਆਂ। ਅੱਜ ਜਿਹੜੇ ਵੀਰ ਜੀ ਹੋਣਾਂ ਨੇ ਇੱਧਰ ਬਣਾਉਣੀ ਆ ਵੀਡੀਓ, ਗੱਲਬਾਤ ਹੁਣ ਆਪਾਂ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ। ਅਤੇ ਅੱਜ ਇੱਥੇ ਬਿੱਲੇ ਭਾਜੀ ਦਾ ਪਿੰਡ ਆ, ਠੀਕ ਆ। ਤਿਆਰ ਕੀ ਤੁਹਾਡਾ ਇਰਾਦਾ ਫਿਰ ਇੱਥੇ ਬਣਾ ਲਈਏ? ਠੀਕ ਠੀਕ ਆ। ਚਲੋ ਨਾਮ ਦੱਸ ਦੇ ਕਰੀ। ਨਾਮ ਰਣਜੀਤ ਸਿੰਘ ਸਿੱਧਾ। ਹਾਂਜੀ, ਛੋਟਾ ਨਾਮ ਤੇ ਰਹਿਣਾ ਹੀ ਚੱਲਦਾ ਜੀ। ਠੀਕ ਆ। ਹਾਂਜੀ ਹਾਂਜੀ। ਤੇ ਪਿੰਡ ਆਪਣਾ? ਪਿੰਡ ਸੰਘੇੜਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਠੀਕ ਠੀਕ ਧਿਆਨਪੁਰ। ਠੀਕ ਹੈ ਜੀ। ਧਿਆਨਪੁਰ ਤੋਂ ਚੜ੍ਹਦੇ ਬਣੇ ਨੂੰ 2 ਕਿਲੋਮੀਟਰ ਤੇ ਦਾਲਨ ਤੋਂ ਹੈਗਾ ਜੇ 7 ਕਿਲੋਮੀਟਰ ਲੈਂਦੇ ਬਣੇ ਨੂੰ। ਠੀਕ ਹੈ ਜੀ। ਤੇ ਫੋਨ ਨੰਬਰ ਇੱਕ ਵਾਰੀ ਬੋਲਦੇ? ਫੋਨ ਨੰਬਰ 76589 ਹਾਂਜੀ 057551। ਠੀਕ ਹੈ। ਤੇ ਪਹਿਲਾਂ ਜਰਸੀ ਵਿਖਾ ਦਈਏ ਫਿਰ? ਹਾਂਜੀ, ਤਾਜ਼ੀਆਂ ਸੂਈਆਂ ਵਾ ਜਿਹੜੀਆਂ, ਦੋਵੇਂ ਬੱਚੇ ਨਾੜੂ ਤੇ ਹੀ ਆ ਦੋਵਾਂ ਦੇ, ਤੇ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ, ਚੰਗੇ ਥਣਾਂ ਦੀ ਮਾਲਕ ਆ ਜਿਹੜੀ ਹੈ, ਬਿਲਕੁਲ ਠੰਡੀ ਧੀਰੀ ਆ ਜਿਹੜੀ। ਠੀਕ ਹੈ ਜੀ। ਤੇ ਆਹ ਬੱਚਾ ਦੇਖ ਸਕਦੇ ਨਾੜੂ, ਜਿਹੜਾ ਬਿਲਕੁਲ ਨਾਲ ਹੀ ਆ। ਸਿੰਘ ਜਿਹੜੇ ਇਹਦੇ ਨਿੱਕੇ ਨਿੱਕੇ ਹੈਗੇ, ਕਿੰਨੇ ਦਿਨ ਹੋਏ ਵੀਰ ਜੀ ਨੂੰ ਸੂਈ ਨੂੰ? ਅੱਜ ਤੀਜਾ ਦਿਨ ਜੀ। ਤੀਸਰਾ ਦਿਨ ਹੋ ਗਿਆ ਸੂਈ ਨੂੰ। ਲੈ ਆ ਵੀਰ ਜੀ, ਬਾਕੀ ਇਹ ਹੈ ਕਿ ਘਰ ਦੁੱਧ ਪੀਣ ਵਾਸਤੇ ਵਧੀਆ ਵੀ, ਇਹਨਾਂ ਦਾ ਦੁੱਧ ਵੀ ਸੰਘਣਾ ਹੁੰਦਾ ਵਾ। ਬੰਦ ਵੀ ਦੁੱਧ ਬਹੁਤ ਵਧੀਆ ਤੇ ਵੱਡੀ ਗੱਲ ਆ ਵੀ ਸੀਲ ਆ। ਬਾਕੀ ਇਹ ਕਿ ਸਿੰਘ ਜਿਹੜੇ ਇਹਦੇ ਮੋਟੇ ਨਹੀਂ ਆ, ਹਾਂਜੀ ਤਿੱਖੇ ਨਹੀਂ ਆ ਸਿੰਘ ਜਿਹੜੇ, ਮਤਲਬ ਮੋਟੇ ਆ ਸਿੰਘ, ਤਿੱਖੇ ਨਹੀਂ ਆ। ਹਾਂਜੀ। ਤੇ ਕਿੰਨਾ ਵੀ ਇਹਦੇ ਕੋਲ ਦੁੱਧ ਤਿਆਰ? ਇਹਦੇ ਥੱਲੇ ਦੁੱਧ ਜਿਹੜਾ ਭਾਜੀ 10 ਲੀਟਰ ਆ, ਕਹਿਣ ਨੂੰ ਭਾਵੇਂ 11 ਕਹਿ ਦਈਏ 12 ਕਹਿ ਦਈਏ, ਪੱਕਾ 10 ਲੀਟਰ ਆ ਜਿਹੜਾ ਘਰੋਂ ਚਵਾ ਕੇ ਦੋਗੇ। ਤੇ ਕਿੰਨੇ ਦਿਨ ਹੋਏ ਸੋਈ ਨਾ? ਇਹਨੂੰ ਅੱਜ ਤੀਜਾ ਦਿਨ। ਅੱਛਾ। ਹਾਂਜੀ, ਅੱਜ ਸ਼ਾਮ ਨੂੰ ਤੀਜਾ ਦਿਨ ਹੋਏ ਨਾ। ਤੇ ਕਿੰਨਾ ਚਵਾਈ ਜਾਓਗੇ ਦੁੱਧ? ਦੁੱਧ 12 ਕਿਲੋ ਚਵਾਈ ਜਾਓ। ਅੱਛਾ, 12-13 ਲੀਟਰ ਦੁੱਧ ਜਿਹੜਾ ਚਵਾਈ ਜਾਓਗੇ। ਤੇ ਕੀ ਰੱਖਣਾ ਫਿਰ ਇਹਦਾ ਮੁੱਲ? ਇਹਦਾ ਮੁੱਲ ਭਾਜੀ 30,000 ਰੁਪਏ। 30,000? ਕਰਨਾ ਕੁਛ ਵਿੱਚ ਮਨ ਤਨ? ਇਹ ਚੋਂ ਕਰ ਦਾਂਗੇ, ਲਾਂਗ ਛੱਡ ਦਾਂਗੇ। ਅੱਛਾ, 1,000 ਛੱਡ ਦੋਗੇ? ਬਿੱਲੇ ਭਾਜੀ ਤੁਸੀਂ ਵੀ ਕਰ ਦੋ ਕੋਈ ਮਾਨਤਨ? 1,000 ਹੋਰ ਛੱਡ ਦਾਂਗੇ। ਅੱਛਾ, 28,000 ਦੇ? ਚਲੋ 1,000 ਫਿਰ ਛੱਡਾ ਵੀ, ਛੱਡ ਦਿਓ। ਅੱਛਾ, 27,000? ਅੱਛਾ, 27,000 ਦੀ ਦੇ ਦਿਓਗੇ, 10 ਕਿਲੋ ਘਰੋਂ ਚਵਾ ਦੋਗੇ ਹੁਣ? ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਆਹ ਦੇਖ ਸਕਦੇ ਜੀ, ਆਹ ਜਿਹੜਾ ਇਹਦਾ ਬੱਚਾ ਇਹਦਾ। ਤੇ ਹੁਣ ਜਿਹੜੀ ਇਹਦੇ ਮਗਰ ਵੱਛੀ ਆ ਗਈ ਜੀ? ਇਹਦੇ ਮਗਰ ਵੱਛੀ। ਠੀਕ ਹੈ। ਬੱਚਾ ਜਿਹੜਾ ਇਹਦਾ ਵੀ ਜਿਹੜਾ ਬਿਲਕੁਲ ਨਾੜੂ ਤੇ ਹੀ ਆ, ਗਿੱਲੇ ਹੀ ਆ, ਨਾੜੂ ਤਾਜ਼ਾ ਹੀ ਆ ਜਿਹੜਾ ਇਹਦਾ ਵੀ। ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਇਹ ਰਾਤ ਦੀ ਸੂਈ ਆ, ਕੋਈ 10-10:30 ਦੇ ਕਰੀਬ ਕਹਿੰਦੇ ਕਿ ਰਾਤੀ ਜਿਹੜਾ ਸੂਈ ਆ। ਜੇਰ ਜੂਰ ਪਾ ਦੇ ਇਹਨੇ ਪ੍ਰੋਪਰ? ਚੰਗੇ ਕੱਦ ਕਾਠ ਵਾਲੀ ਉਸ ਤਰ੍ਹਾਂ ਭਾਰੇ ਪੱਲੇ ਵਾਲੀ। ਬਾਕੀ ਇਹ ਆ ਕਿ ਠੰਡਾ ਮੌਸਮ ਆ ਅਤੇ ਨਵਾਏ ਨਵੂਏ ਨਹੀਂ ਹੁੰਦੇ ਡੰਗਰ, ਬਾਕੀ ਤਾਜ਼ੀ ਸੂਈ ਆ ਉਹਦੇ ਕਰਕੇ ਥੋੜ੍ਹਾ ਜਿਹਾ ਲੱਪੇ ਲੁੱਪੇ 'ਚ ਵੀ ਆ। ਇੱਕ ਵਾਰੀ ਤੋਰ ਦਿਓ, ਥੋੜ੍ਹੀ ਇੱਕ ਹੋਰ ਤੋਰ ਦਿਓ। ਬੰਦ ਵਧੀਆ ਹੈਗੀ ਹੈ ਵੀ, ਜਰਸੀ ਕਰੋਸ ਜੀ ਆ,
ਫੈਟ ਇਹਦੇ ਵੀ ਚੰਗੀ ਆਈ ਜਾਣੀ, ਬਾਕੀ ਇਹ ਕਿ ਵੱਡੇ ਕੱਦ ਕਾਠ ਵਾਲੀ ਉਸ ਤਰ੍ਹਾਂ। ਅਤੇ ਆਹ ਜਿਹੜਾ ਬੱਚਾ ਜਿਹੜਾ ਹਾਂ ਦੇਖ ਸਕਦੇ ਬੱਚਾ ਬਿਲਕੁਲ ਤਾਜ਼ਾ ਹੀ ਆ, ਜੇ ਦੁੱਧ ਚੁੰਘਣ ਦੀ ਨਹੀਂ ਚਾਹ ਦਿੰਦੇ। ਠੰਡੀ ਠੰਡੀ ਹੈ ਵੀ ਭਾਜੀ, ਵੱਛੀ ਮਗਰ। ਤੇ ਅਜੇ ਕਿੰਨੀਆਂ ਚਵਾਈਆਂ ਹੋਈਆਂ ਵਿਧੀ ਇਹਦੀਆਂ? ਅੱਛਾ, ਕਿੰਨਾ ਕੁ ਦੁੱਧ ਚੋਇਆ ਫਿਰ? 6 ਕਿਲੋ ਬੋੜੀ ਚੋਈ ਜੇ ਸਵੇਰੇ। ਅੱਛਾ, 6-7 ਕਿਲੋ ਸਵੇਰੇ ਚੋਈ, ਰਾਤੀ ਸੂਈ ਸਵੇਰੇ 6-7 ਕਿਲੋ ਇੱਕੋ ਹੀ ਚਵਾਈ ਹੋਈ ਹੈ। ਤੇ ਇਹ ਕਿੰਨਾ ਦੁੱਧ ਚਵਾਈ ਜਾਓਗੇ? ਬੱਬੀ 18-19 ਲੀਟਰ ਆਰਾਮ ਨਾਲ। ਅੱਛਾ, 18-19 ਲੀਟਰ ਦੁੱਧ ਜਿਹੜਾ ਇਹ ਚਵਾ ਦੂਗੀ ਆਰਾਮ ਨਾਲ। ਆਰਾਮ ਨਾਲ ਚੋਣ ਬੜੀ ਪੋਲੀ ਠੰਡੀ ਠੁੰਡੀ ਹੈ। ਠੀਕ ਆ, ਦਿਖਾ ਦਈਏ ਤਾਂ ਚਵਾ ਫਿਰ ਆਪਾਂ। ਹਾਂ ਦੇਖ ਸਕਦੇ ਚਵਾ ਜਿਹੜਾ ਇਹਦਾ, ਅਤੇ ਪਿਛਲੇ ਸਾਲਾਂ ਦਾ ਵੀ ਚਵਾ ਦਿਖਾ ਦਿਓ। ਠੀਕ ਹੈ ਜੀ, ਕੋਈ ਰੱਸੀ ਪਾਉਣ ਦੀ ਲੋੜ ਨਹੀਂ, ਕੋਈ ਕੁਝ ਨਹੀਂ, ਅਤੇ ਆਹ ਥਾਣੇ ਦੇਖ ਸਕਦੇ ਇਹਦੇ ਲਾਗੇ। ਅਤੇ ਇਹ ਕਿੰਨੇ ਦੀ ਦੇ ਦਈਏ ਵੀਰ ਜੀ ਫਿਰ? ਇਹਦਾ ਮੁੱਲ ਭਾਜੀ 45,000। 45,000 ਵਿੱਚੋਂ ਕਿੰਨਾ ਕਰਨਾ ਮਨ? 2,000 ਛੱਡ ਦਿਓ। ਅੱਛਾ, 43,000 ਦੀ? 43,000 ਦੀ ਮੌਕੇ 'ਤੇ ਹੋਰ ਛੱਡ ਦਿਓ ਬਿੱਲੇ ਭਾਜੀ? 1,000 ਹੋਰ ਛੱਡ ਦਾਂਗੇ। ਅੱਛਾ, 1,000 ਹੀ ਛੱਡਣਾ ਜੀ? 1,000 ਹੋਰ ਛੱਡ ਦਾਂਗੇ ਤੁਹਾਨੂੰ। ਅੱਛਾ, ਅੱਛਾ 1,000 ਹੋਰ 40 ਦੀ ਦੇ ਦਾਂਗੇ। ਅੱਛਾ, ਪੂਰੇ 40 ਦੀ ਕਰ ਦੋਗੇ? 40 ਦੀ ਦੇ ਦਾਂਗੇ। ਅੱਛਾ ਠੀਕ ਹੈ ਜੀ, ਬਾਕੀ ਮਾਨਤਾਨ ਮੌਕੇ ਤੇ ਹੋਰ ਥੋੜਾ ਬਤਾ ਹੋ ਜਾਊਗਾ। ਠੀਕ ਹੈ ਜੀ, ਠੀਕ ਹੈ, ਆਪਣੇ ਜਿੰਨੇ ਵੀ ਆਉਣਾ ਆਪਣੀ ਤਸੱਲੀ ਕਰਕੇ ਜਿੰਨੇ ਵੀ ਖੜਨੇ ਭਾਵੇਂ ਵੇਖ ਚਾਹ ਕੇ। ਬਿਲਕੁਲ ਜੀ, ਬਿਲਕੁਲ, ਆਪਣੀ 2 ਟਾਈਮ ਚ ਹੋਵੇ 4 ਟਾਈਮ ਚ ਹੋਵੇ ਆਪਣੀ ਤਸੱਲੀ ਕਰਕੇ ਖੜੇ। ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕਿ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ, ਆਪਣੀ ਇੱਥੇ ਆ ਕੇ ਤਸੱਲੀ ਕਰਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।